ਹੇ ਗੁਰੂ ਸਾਹਿਬ ਜੀਓ, ਜਿਸ ਧਨ ਕੋ ਚਾਰ ਕੁੰਟ ਉਠਤਾਵੈਂ, ਸੋ ਧਨ ਹਰ ਸੇਵਾ ਤੇ ਪਾਵੈਂ। ਜਿਸ ਸੁਖ ਕੋ ਨਿਤ ਬੰਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸ਼ੋਭਾ ਕੋ ਕਰੈ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਣੀ। ਅਨਕ ਉਪਾਵੀ ਰੋਗ ਨ ਜਾਈ, ਰੋਗ ਮਿਟੈ ਹਰ ਅਵਖਦ ਲਾਈ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਲੜੀਵਾਰ ਆਪਾਂ ਸਮਝਣ ਦਾ, ਵਿਚਾਰਨ ਦਾ ਯਤਨ ਕਰ ਰਹੇ ਹਾਂ। ਔਰ ਇਹ ਜੋ ਪਾਵਨ ਪੌੜੀ ਆਪਨੇ ਸਰਵਨ ਕੀਤੀ ਹੈ, 19ਵੀਂ ਅਸ਼ਟਪਦੀ ਦੀ ਇਹ ਦੂਸਰੀ ਪੌੜੀ ਹੈ। ਸਤਿਗੁਰੂ ਪਾਤਸ਼ਾਹ ਨੇ ਗੱਲ ਕੀਤੀ ਉਸ ਧਨ ਦੀ, ਜਿਹੜਾ ਧਨ ਸਦਾ ਹੀ ਸਾਡੇ ਨਾਲ ਚੱਲਦਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਕਬੂਲ ਹੁੰਦਾ ਹੈ। ਕਿਉਂਕਿ ਗੁਰੂ ਅਰਜਨ ਸਾਹਿਬ ਨੇ ਸਲੋਕ ਦੇ ਵਿੱਚ ਹੀ ਇਹ ਗੱਲ ਸਾਨੂੰ ਸਮਝਾ ਦਿੱਤੀ ਵੀ ਸਾਥ ਨਾ ਚੱਲੈ ਬਿਨ ਭਜਨ। ਪਰਮਾਤਮਾ ਦੇ ਭਜਨ ਤੋਂ ਬਿਨਾਂ ਦੂਸਰਾ ਕੋਈ ਵੀ ਧਨ ਪਦਾਰਥ ਸਾਡੇ ਨਾਲ ਨਹੀਂ ਚੱਲਦਾ। ਫਿਰ ਪਹਿਲੀ ਜਿਹੜੀ ਪੌੜੀ ਹੈ, ਕੱਲ੍ਹ ਆਪਾਂ ਵਿਚਾਰੀ ਸੀ, ਪਾਤਸ਼ਾਹ ਨੇ ਫਿਰ ਇਹ ਗੱਲ ਕਿਹਾ, ਇਹ ਧਨ ਸੰਚੋ ਹੋਵੋ ਭਗਵੰਤ। ਇਹ ਭਾਈ ਪਰਮਾਤਮਾ ਹਰੀ ਦੇ ਭਜਨ ਦਾ ਜੋ ਧਨ ਹੈ ਨਾ, ਵਾਹਿਗੁਰੂ ਦੇ ਨਾਮ ਦਾ ਜੋ ਧਨ ਹੈ, ਇਹਨੂੰ ਇਕੱਠਾ ਕਰੀਏ ਅਤੇ ਭਾਗਾਂ ਵਾਲੇ ਬਣ ਜਾਈਦਾ ਭਗਵੰਤ।
ਨਾਮ ਧਨ ਨੂੰ ਇਕੱਠਾ ਕਰੀਏ ਤੇ ਪਰਮਾਤਮਾ ਹੋ ਜਾਈਦਾ। ਇਸ ਕਰਕੇ ਜੇ ਤੂੰ ਦੁਨਿਆਵੀ ਧਨ ਇਕੱਠਾ ਕਰੇ ਕੀ ਬਣ ਜਾਏਗਾ? ਲੋਕ ਤੈਨੂੰ ਅਮੀਰ ਕਹਿਣਗੇ, ਧਨਵਾਨ ਕਹਿਣਗੇ, ਪਰ ਕੋਈ ਪੱਕਾ ਨਹੀਂ ਹੈ ਵੀ ਧਨ ਦੇ ਢੇਰ ਉੱਤੇ ਬੈਠਿਆਂ ਤੂੰ ਸੁਖੀ ਹੋਵੇਂਗਾ। ਇਹ ਗਰੰਟੀ ਨਹੀਂ ਹੈ ਵੀ ਨਾ ਤੇਰੇ ਕੋਲ ਦੁਨੀਆ ਦਾ ਧਨ ਹੋਵੇਗਾ ਅਤੇ ਆਤਮਿਕ ਸ਼ਾਂਤੀ ਵੀ ਤੈਨੂੰ ਹੋਏਗੀ, ਕਿਉਂਕਿ ਬਾਬਾ ਜੀ ਨੇ ਬਾਣੀ 'ਚ ਕਿਹਾ ਨਾ, ਵੱਡੇ ਵੱਡੇ ਜੋ ਦੀਸੈਂ ਤਿੰਨ ਕੋ ਵਿਆਪੈ ਚਿੰਤਾ ਰੋਗ। ਸਪਸ਼ਟ ਕਹਿ ਦਿੱਤਾ ਵੀ ਜਿਨ੍ਹਾਂ ਨੂੰ ਤੂੰ ਦੇਖਦਾ ਨਾ ਵੀ ਵੱਡੇ ਵੱਡਿਆਂ ਮਹਿਲਾਂ 'ਚ ਇੱਦਾਂ ਬੈਠੇ ਹੈ, ਇੱਕ ਵਾਰ ਪੁੱਛ ਕੇ ਦੇਖੀ ਵੀ ਚਿੰਤਾ ਮਿੱਟ ਗਈ ਹੈ? ਉਹਨਾਂ ਨੇ ਕਹਿਣਾ ਬਿਲਕੁਲ ਨਹੀਂ ਮਿੱਟੀ ਜੀ। ਜਿਸ ਗ੍ਰਹਿ ਥੋੜ੍ਹੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤ ਤਿਸੈ ਪ੍ਰਮੰਤਾ। ਦੋਨੇ ਭੜਕਦੇ ਪਏ ਹੈ, ਘੱਟ ਹੈ ਤਾਂ ਵੀ ਬੰਦਾ ਦੁਖੀ ਹੈ, ਬਹੁਤੀ ਹੈ ਲੁੱਟ ਨਾ ਲਵੇ ਕੋਈ ਤਾਂ ਵੀ ਚਿੰਤਾ ਹੈ, ਹਜੇ ਚਲੀ ਨਾ ਜਾਵੇ ਤਾਂ ਵੀ ਚਿੰਤਾ ਹੈ। ਅਤੇ ਗੁਰਮੁਖੋ ਯਤਨ ਤਾਂ ਸਭ ਤਾਂ ਕਰਦੇ ਆ ਨਾ ਵੀ ਚਿੰਤਾ ਟੈਂਸ਼ਨ ਤੋਂ ਰਹਿਤ ਹੋ ਜਾਈਏ। ਬੰਦਾ ਕਮਾਈ ਕਿਉਂ ਕਰਦਾ ਹੈ, ਉੱਦਮ ਕਿਉਂ ਕਰਦਾ? ਯਤਨ ਬਹੁਤ ਸੁੱਖ ਕੇ ਕੀਏ, ਜਿੰਨੇ ਸਾਡੇ ਯਤਨ ਨੇ ਇਹ ਸਾਰੇ ਗੁਰਮੁਖੋ ਸੁੱਖ ਦੀ ਖਾਤਰ ਨੇ ਨਾ। ਪਰ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਤੈਨੂੰ ਇਹ ਬਾਹਰ ਦੇ ਸੁੱਖ ਪ੍ਰਾਪਤ ਹੋ ਰਹੇ ਨੇ, ਚਿੰਤਾ ਰੋਗ ਚਿੰਤਾਵਾਂ ਟੈਂਸ਼ਨਾਂ ਤੈਨੂੰ ਵਧੀ ਜਾਂਦੀਆਂ ਨੇ, ਇਹਦਾ ਕਾਰਨ ਤੈਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਹੈ ਨਹੀਂ, ਕੇਵਲ ਦੁਨੀਆ ਨੂੰ ਭੁਲੇਖ ਹੈ। ਇਸ ਕਰਕੇ ਇਹ ਜੋ ਗੁਰਮੁਖੋ ਦੂਸਰੀ ਪੌੜੀ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪਹਿਲਾ ਹੀ ਬਚਨ ਕਿਹਾ, ਜਿਸ ਧੰਨ ਕਹੋ ਚਾਰ ਕੁੰਟ ਉੱਠ ਧਾਵੈ। ਬੰਦੇ ਨੂੰ ਗੁਰੂ ਨੇ ਇਹ ਗੱਲ ਕਹਿ ਦਿੱਤੀ ਵੀ ਨਾਮ ਧੰਨ ਇਕੱਠਾ ਕਰ, ਫਿਰ ਨਾਮ ਧੰਨ ਇਕੱਠਾ ਕਰਨ ਦੇ ਲਈ ਵੀ ਚਾਰੇ ਦਿਸ਼ਾਵਾਂ ਵੱਲ ਭੱਜ ਪਿਆ, ਕੋਈ ਪਹਾੜਾਂ ਦੇ ਵੱਲ ਭੱਜਿਆ, ਕੋਈ ਗੁਫਾਵਾਂ ਦੇ ਵੱਲ ਭੱਜਿਆ, ਕੋਈ ਜੰਗਲਾਂ ਦੇ ਵੱਲ ਭੱਜਿਆ। ਜਿਸ ਧੰਨ ਕਹੋ, ਜਿਸ ਧੰਨ ਨਾਮ ਧੰਨ ਦੀ ਖਾਤਰ, ਕਿਉਂਕਿ ਇੱਥੇ ਨਾਮ ਧੰਨ ਦੀ ਗੱਲ ਚੱਲਦੀ ਪਈ ਹੈ ਨਾ ਵਿਸ਼ੇ ਦੇ ਅਨੁਸਾਰ, ਚਾਰ ਕੁੰਟ ਚਾਰੇ ਦਿਸ਼ਾਵਾਂ ਦੇ ਵੱਲ, ਕੋਈ ਤੀਰਥਾਂ ਦੇ ਉੱਤੇ ਨਹਾਉਣ ਲਈ ਭੱਜਿਆ, ਕੋਈ ਪਹਾੜਾਂ ਵੱਲ ਭੱਜਿਆ, ਕੋਈ ਗੁਫਾਵਾਂ ਵੱਲ ਭੱਜਿਆ, ਕੋਈ ਜੰਗਲਾਂ ਦੇ ਵੱਲ ਭੱਜਿਆ ਵੀ ਉੱਥੇ ਬੈਠ ਕੇ ਜਪਾਂਗੇ ਨਾਮ। ਪਾਤਸ਼ਾਹ ਕਹਿੰਦੇ ਨਹੀਂ, ਠੀਕ ਹੈ ਮਕਸਦ ਜੈ ਤੇਰਾ ਹੈ, ਮੰਜ਼ਿਲ ਤੇਰੀ ਸਹੀ ਹੈ, ਚੋਣ ਤੂੰ ਸਹੀ ਕੀਤੀ ਹੈ, ਪਰ ਜਿਸ ਰਸਤੇ ਉੱਤੇ ਤੂੰ ਚੱਲ ਰਿਹਾ ਉਸ ਰਸਤੇ ਉੱਤੇ ਚੱਲ ਕੇ ਇਹ ਚੀਜ਼ ਨਹੀਂ ਮਿਲਦੀ। ਜਿਸ ਧੰਨ ਕਹੋ ਚਾਰ ਕੁੰਟ ਉੱਠ ਧਾਵੈ, ਧਾਵੈ ਦਾ ਅਰਥ ਹੈ ਭੱਜਦਾ ਦੌੜਦਾ ਹੈ। ਜਿਸ ਨਾਮ ਧੰਨ ਦੀ ਖਾਤਰ
ਜਿਸ ਆਤਮਕ ਸੁੱਖ ਦੀ ਖਾਤਰ ਇਹ ਚਾਰੇ ਦਿਸ਼ਾਵਾਂ ਦੇ ਵੱਲ ਭੱਜ ਤੁਰਿਆ, ਸੋ ਧਨ ਉਹ ਨਾਮ ਦਾ ਧਨ ਹਰ ਸੇਵਾ ਤੇ ਪਾਵੇ, ਹਰੀ ਦੀ ਸੇਵਾ ਦੇ ਵਿੱਚੋਂ ਮਿਲੇਗਾ, ਹਰੀ ਦੇ ਸਿਮਰਨ ਦੇ ਵਿੱਚੋਂ ਮਿਲੇਗਾ। ਅਤੇ ਹਰੀ ਦਾ ਸਿਮਰ ਕਰਨ ਦੇ ਲਈ ਤਾਂ ਗੁਰਮੁਖ ਭੱਜਣ ਦੀ ਲੋੜ ਨਹੀਂ ਹੈ, ਟਿਕਣ ਦੀ ਲੋੜ ਹੈ ਨਾ। ਬੇਨਤੀ ਬੜੇ ਧਿਆਨ ਨਾਲ ਸਮਝੋ, ਦੁਨਿਆਵੀ ਧਨ ਗੁਰਮੁਖੋ ਪੈਸਾ ਦੌਲਤ ਕਮਾਉਣ ਦੇ ਲਈ ਬੰਦਾ ਦੂਰ ਦੂਰ ਤੱਕ ਭੱਜਦਾ ਵੀ ਹੈ, ਪਰ ਪਾਤਸ਼ਾਹ ਕਹਿੰਦੇ ਨਾਮ ਧਨ ਲਈ ਭੱਜਣਾ ਨਹੀਂ ਪੈਂਦਾ। ਨਾਮ ਧਨ ਜਿਰਕਿਨਾਂ ਨੂੰ ਮਿਲਦਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਨਾਮ ਧਨ ਇਹਨਾਂ ਨੂੰ ਮਿਲਦਾ। ਇਸ ਕਰਕੇ ਸੋ ਧਨ ਉਹ ਧਨ, ਉਹ ਧਨ ਦਾ ਕੀ ਅਰਥ ਹੈ? ਹਰੀ ਦੇ ਨਾਮ ਦਾ ਧਨ, ਆਤਮਕ ਸੁੱਖ ਦੇਣ ਵਾਲਾ ਧਨ, ਜਿਹੜੇ ਧਨ ਦੇ ਨਾਲ ਚਿੰਤਾ ਮਿਟ ਜਾਏ, ਹਰ ਸੇਵਾ ਤੇ ਪਾਵੇ, ਉੱਤੇ ਭਾਈ ਹਰੀ ਦੀ ਸੇਵਾ ਦੇ ਵਿੱਚੋਂ ਮਿਲਦਾ। ਭਾਗਾਂ ਵਾਲੇ ਉਹ ਜਿਸ ਦਿਨ ਭਾਈ ਨੰਦ ਲਾਲ ਗੋਆ ਨਾ, ਕਿਉਂਕਿ ਔਰੰਗਜ਼ੇਬ ਦੇ ਦਰਬਾਰ ਚੰਦਨ ਦੀ ਚੌਂਕੀ 'ਤੇ ਬਹਿੰਦਾ ਸੀ, ਇੰਨਾ ਮਾਣ ਸਨਮਾਨ ਸੀ, ਕਿਉਂਕਿ ਵਿਦਵਾਨ ਬਹੁਤ ਸੀ, ਸਮੇਂ ਦੇ ਕਾਜ਼ੀ ਵੀ ਕੁਰਾਨ ਦੇ ਵਧੀਆ ਅਰਥ ਓਨੇ ਨਹੀਂ ਸਨ ਕਰ ਸਕੇ ਜਿੰਨੇ ਵਧੀਆ ਅਰਥ ਸਾਈ ਵਾਹਿਗੁਰੂ ਭਾਈ ਨੰਦ ਲਾਲ ਜੀ ਨੇ ਕਰ ਦਿੱਤੇ ਸੀ, ਅਤੇ ਹਿੰਦੂ ਪਰਿਵਾਰ ਵਿੱਚੋਂ ਸੀ। ਹੁਣ ਇੱਕ ਹਿੰਦੂ ਇੰਨਾ ਵਧੀਆ ਵਿਦਵਾਨ ਹੋਵੇ, ਔਰੰਗਜ਼ੇਬ ਕਿੱਦਾਂ ਜਰ ਸਕਦਾ ਸੀ? ਉਹ ਤਾਂ ਕਸ਼ਮੀਰੀ ਪੰਡਤਾਂ ਨੂੰ ਮਰਵਾਉਣ 'ਤੇ ਲੱਗਿਆ ਹੋਇਆ ਸੀ, ਕਿਉਂਕਿ ਕਸ਼ਮੀਰੀ ਪੰਡਿਤ ਵਿਦਵਾਨ ਸਨ। ਉਹ ਸਮਝਦਾ ਸੀ ਇਸ ਗੱਲ ਨੂੰ ਵੀ ਜੇਕਰ ਧਰਮ ਨੂੰ ਮਿਟਾਉਣਾ ਹੋਵੇ ਤਾਂ ਧਰਮ ਦੇ ਪੜ੍ਹੇ ਲਿਖੇ ਪ੍ਰਚਾਰ ਕਰਨ ਵਾਲੇ ਵਿਦਵਾਨ ਖਤਮ ਕਰਨੇ ਪੈਣਗੇ ਜਾਂ ਚੁਕਾਉਣੇ ਪੈਣਗੇ, ਆਮ ਲੋਕਾਂ ਨੂੰ ਚੁਕਾਉਣਾ ਸੌਖਾ ਹੋ ਜਾਂਦਾ। ਇੱਦਾਂ ਹੁੰਦਾ ਹੈ ਨਾ, ਜਿੱਥੇ ਗੁਰਮੁਖੋਂ ਜਿਸ ਧਰਮ ਦੇ ਗਿਆਨੀ ਪ੍ਰਚਾਰਕ ਕੁਰਾਹੇ ਪਏ ਹੋਣ, ਉੱਥੋਂ ਦੇ ਆਮ ਲੋਕਾਂ ਨੂੰ ਠੱਗਣਾ ਕੁਛ ਔਖਾ ਨਹੀਂ ਹੁੰਦਾ। ਇੱਦਾਂ ਇਸ ਕਰਕੇ ਜਦੋਂ ਆਇਆ ਲਾਹੌਰ ਗਿਆ, ਲਾਹੌਰ ਤੋਂ ਸਿੱਖਾਂ ਨੇ ਕਿਹਾ ਵੀ ਇੱਕੋ ਥਾਂ ਹੈ ਜਿੱਥੇ ਤੂੰ ਬਚ ਸਕਦਾ ਔਰੰਗਜ਼ੇਬ ਤੋਂ, ਅਨੰਦਪੁਰ ਆ ਗਿਆ। ਇੰਨਾ ਵੱਡਾ ਅਰਬੀ ਫਾਰਸੀ ਦਾ ਵਿਦਵਾਨ, ਅਤੇ ਗੁਰੂ ਪਾਤਸ਼ਾਹ ਕਹਿੰਦੇ ਨੰਦ ਲਾਲ ਲੰਗਰ ਦੇ ਭਾਂਡੇ ਮਾਂਜਿਆ ਕਰ। ਗੁਰਮੁਖ ਔਖਾ ਸੀ ਨਾ, ਪਰ ਕਿਉਂਕਿ ਜੇ ਗੁਰੂ ਦਰ ਦੇ ਉੱਤੇ ਗੁਰੂ ਨੂੰ ਪ੍ਰਸੰਨ ਕਰਨਾ, ਅਤੇ ਜੋ ਗੁਰ ਕਹੇ ਸੋਈ ਭਲ ਮੰਨੋ, ਲੰਗਰਾਂ ਦੇ ਭਾਂਡੇ ਮਾਂਜਦਾ। ਦਿੱਲੀ ਤੋਂ ਸੰਗਤ ਆ ਗਈ, ਉਹਨਾਂ ਨੇ ਦੇਖ ਲਿਆ ਵੀ ਇਹ ਤਾਂ ਉਹੀ ਹੈ ਜਿਹੜਾ ਔਰੰਗਜ਼ੇਬ ਦੇ ਦਰਬਾਰ ਬੈਠਾ ਹੁੰਦਾ ਸੀ, ਇੱਥੇ ਲੰਗਰ ਦੇ ਜੂਠੇ ਭਾਂਡਿਆਂ 'ਚ ਬੈਠਾ। ਮੈਂ ਗੁਰਮੁਖੋਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਜਦੋਂ ਵੀ ਗੁਰੂ ਘਰ ਆਉਣੇ ਆ ਨਾ, ਇਹ ਕਦੇ ਨਾ ਕਿਹਾ ਕਰੋ ਵੀ ਆਹ ਸੇਵਾ ਮੈਨੂੰ ਪਸੰਦ ਹੈ ਅਤੇ ਆਹ ਪਸੰਦ ਨਹੀਂ। ਜਿਹੜੀ ਸੇਵਾ ਮਿਲਦੀ ਹੈ ਨਾ, ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਸੇਵਾ ਸਾਡੇ ਯਤਨ ਨਹੀਂ ਹੈ, ਸੇਵਾ ਗੁਰੂ ਦਾ ਤਰਸ ਹੈ, ਉਹਦੀ ਬਖਸ਼ਿਸ਼ ਹੈ, ਜਿੱਥੇ ਮਿਲ ਜਾਏ। ਉਹ ਲੰਗਰ ਦੇ ਭਾਂਡਿਆਂ ਜੂਠੇ ਭਾਂਡੇ ਮਾਂਜਦਾ,
ਉਹ ਕਿਸੇ ਨੇ ਜਾ ਕੇ ਪੁੱਛ ਲਿਆ, ਕਹਿਣ ਲੱਗੇ ਨੰਦ ਲਾਲ ਤੈਨੂੰ ਕੀ ਮਿਲ ਗਿਆ ਇੱਥੇ ਆਇਆ। ਉੱਥੇ ਚੰਦਨ ਦੀ ਚੌਂਕੀ 'ਤੇ ਬਹਿੰਦਾ ਸੀ, ਨੌਕਰ ਚਾਕਰ ਸੀ ਕੋਲ, ਰੁਤਬਾ ਸੀ ਤੇਰਾ, ਇੱਥੇ ਭਾਂਡੇ ਮਾਂਜੀ ਜਾਂਦਾ। ਉਹ ਕਹਿਣ ਲੱਗਾ ਸੁੱਖ ਆ ਇੱਥੇ, ਉੱਥੇ ਸੁੱਖ ਨਹੀਂ ਸੀ। ਉਹ ਕਹਿਣ ਲੱਗੇ ਹੈ ਉੱਥੇ ਸੁੱਖ ਨਹੀਂ ਸੀ, ਇੱਥੇ ਕਾਹਦਾ ਸੁੱਖ ਹੈ, ਬੈਠਾ ਲੰਗਰ ਦੇ ਭਾਂਡਿਆਂ 'ਚ। ਹੁਣ ਸਮਝੋ ਜੇ ਫਰਕ ਕਿੱਥੇ ਹੁੰਦਾ। ਨੰਦ ਲਾਲ ਕਹਿੰਦਾ ਜਦੋਂ ਔਰੰਗਜ਼ੇਬ ਦੇ ਦਰਬਾਰ ਬਹਿੰਦਾ ਸੀ ਨਾ, ਉੱਥੇ ਹੰਕਾਰ ਨਾਲ ਬੈਠਦਾ ਸੀ ਮੇਰੇ, ਵੀ ਮੇਰੇ ਵਰਗਾ ਵਿਦਵਾਨ ਕੌਣ ਹੈ। ਦੇਖੋ ਨਾ, ਗੁਰੂ ਨੇ ਲੰਗਰ ਦੇ ਭਾਂਡਿਆਂ 'ਚ ਹੀ ਕਿਉਂ ਲਾਇਆ? ਪਹਿਲਾਂ ਉਹਦਾ ਵਿਦਵਾਨੀ ਵਾਲਾ ਹੰਕਾਰ ਥੱਲੇ ਲਾਉਣਾ ਸੀ, ਉਹ ਹੰਕਾਰ ਮਿਟਾਉਣਾ ਸੀ ਨਾ, ਦੇਖਣਾ ਸੀ ਗੁਰੂ ਨੇ ਵੀ ਕਦੇ ਇਹ ਜਵਾਬ ਤਾਂ ਨਹੀਂ ਦਿੰਦਾ ਵੀ ਨਹੀਂ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ, ਤੁਸੀਂ ਮੈਨੂੰ ਇੱਥੇ ਪਾਤਸ਼ਾਹ ਕਥਾ ਕਰਨ ਵਾਸਤੇ ਲਾਓ, ਮੈਂ ਭਾਂਡੇ ਕਿਉਂ ਮਾਂਜਾਂ? ਦੇਖਣਾ ਸੀ ਨਾ ਗੁਰੂ ਨੇ ਇਹ ਗੱਲ। ਉਹ ਉਸ ਗੁਰਮੁਖ ਪੂਰਾ ਉੱਤਰ, ਉਹ ਕਹਿਣ ਲੱਗਾ ਸਤਿ ਬਚਨ ਪਾਤਸ਼ਾਹ, ਜਿੱਥੇ ਤੂੰ ਸੇਵਾ ਕਹਿੰਦੇ ਮੈਂ ਕਰਾਂਗਾ। ਉਹ ਉਪਰਵਾਨ ਹੋ ਗਿਆ। ਫਿਰ ਉਹ ਕਹਿੰਦਾ, ਕਹਿਣ ਲੱਗਾ ਜਦੋਂ ਔਰੰਗਜ਼ੇਬ ਦੇ ਦਰਬਾਰ ਬਹਿੰਦਾ ਸੀ ਨਾ, ਉੱਥੇ ਮੇਰੀ ਵਿਦਵਤਾ ਦਾ ਹੰਕਾਰ ਨਾਲ ਬਹਿੰਦਾ ਸੀ ਮੇਰੇ, ਪਰ ਜਦੋਂ ਇੱਥੇ ਲੰਗਰ ਦੇ ਭਾਂਡਿਆਂ ਦੇ ਵਿੱਚ ਬੈਠਦਾ ਨਾ, ਹੁਣ ਗੁਰੂ ਗੋਬਿੰਦ ਸਿੰਘ ਨੂੰ ਮੈਂ ਆਪਣਾ ਯਾਰ ਬਣਾ ਲਿਆ। ਸੁਣ ਯਾਰ ਹਮਾਰੇ ਸੱਜਣ ਕਰੋ ਬੇਨਤੀਆਂ, ਪਰਮਾਤਮਾ ਦੇ ਲਈ ਗੁਰਮੁਖੋ ਯਾਰ ਸ਼ਬਦ ਆਇਆ ਬਾਣੀ ਅੰਦਰ। ਉੱਥੇ ਬੈਠਦਾ ਸੀ ਅਤੇ ਹੰਕਾਰ ਨਾਲ ਬੈਠਦਾ ਸੀ, ਇੱਥੇ ਲੰਗਰ ਦੇ ਭਾਂਡਿਆਂ ਵਿੱਚ ਬੈਠਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਮੇਰੇ ਨਾਲ ਬੈਠਦਾ ਹੈ। ਆਹ ਫਰਕ ਹੈ, ਇੱਥੇ ਗੁਰੂ ਨਾਲ ਬੈਠਦਾ ਮੇਰੇ, ਇਹ ਸੁੱਖ ਹੈ ਮੈਨੂੰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਧਨ ਹਰ ਸੇਵਾ 'ਤੇ ਪਾਵੈ। ਜਿਸ ਧਨ ਨੇ ਤੈਨੂੰ ਸੁੱਖ ਦੇਣਾ ਨਾ, ਜਿਸ ਧਨ ਨੇ ਤੈਨੂੰ ਚਿੰਤਾ ਤੋਂ ਰਹਿਤ ਕਰਨਾ, ਉਹ ਹਰੀ ਦੀ ਸੇਵਾ ਦੇ ਵਿੱਚੋਂ, ਉਹਦੇ ਸਿਮਰਨ ਵਿੱਚੋਂ ਮਿਲਦਾ ਹੈ। ਜਿਸ ਸੁੱਖ ਕੋ ਜਿਸ ਸੁੱਖ ਦੀ ਖਾਤਰ ਨਿਤ ਬਾਂਛੈ ਮੀਤ। ਹੇ ਮੇਰੇ ਮਿੱਤਰ, ਨਿਤ ਤੂੰ ਲੋਚਾ ਰੱਖਦਾ, ਜਿਸ ਸੁੱਖ ਦੀ ਆਪਣੇ ਮਨ ਵਿੱਚ ਤੂੰ ਲੋਚਾ ਰੱਖਦਾ, ਚਾਹਨਾ ਰੱਖਦਾ। ਸੋ ਸੁੱਖ ਸਾਧੂ ਸੰਗ ਪ੍ਰੀਤ। ਉਹ ਜਿਹੜਾ ਆਤਮਕ ਸੁੱਖ ਹੈ ਨਾ, ਉਹ ਸਾਧੂ ਸੰਗ, ਗੁਰੂ ਦੀ ਸੰਗਤ ਦੇ ਵਿੱਚੋਂ। ਸਾਧੂ ਦਾ ਅਰਥ ਹੈ ਗੁਰੂ, ਸੰਗ ਦਾ ਅਰਥ ਹੈ ਸੰਗਤ, ਪ੍ਰੀਤ ਦਾ ਅਰਥ ਹੈ ਪਿਆਰ। ਉਹ ਗੁਰੂ ਦੀ ਸੰਗਤ ਨਾਲ ਪਿਆਰ ਕਰੇਗਾ, ਫਿਰ ਤੈਨੂੰ ਉਹ ਆਤਮਕ ਸੁੱਖ ਮਿਲੇਗਾ। ਜਿਸ ਸ਼ੋਭਾ ਕੋ ਕਰੈ ਭਲੀ ਕਰਨੀ। ਜਿਸ ਸ਼ੋਭਾ ਕੋ, ਜਿਸ ਦੁਨਿਆਵੀ ਸ਼ੋਭਾ ਦੀ ਖਾਤਰ, ਕਹਦਾ ਅਰਥ ਹੈ ਖਾਤਰ, ਕਰੈ ਕਰਦੈ ਭਲੀ ਕਰਨੀ, ਭਲੇ ਕਰਮ ਕਰਦੈ, ਵੀ ਇੱਦਾਂ ਚੰਗਾ ਚੰਗਾ ਕਰਾਂਗਾ, ਚੰਗੇ ਕਰਮ ਕਰਾਂਗਾ ਅਤੇ ਮੇਰੀ ਸ਼ੋਭਾ ਹੋਵੇਗੀ, ਮੇਰੀ ਵਡਿਆਈ ਹੋਵੇਗੀ, ਲੋਕ ਮੈਨੂੰ ਚੰਗਾ ਚੰਗਾ ਕਹਿਣਗੇ। ਇੱਦਾਂ ਗੁਰਮੁਖ ਇੱਦਾਂ ਹੁੰਦਾ ਹੈ। ਸਿਰਫ ਬੰਦਾ ਨਾ ਜਦੋਂ ਵੀ ਕੋਈ ਇੱਦਾਂ ਚੰਗੇ ਕਰਮ ਕਰਦਾ, ਉਹਦੇ ਦੋ ਤਿੰਨ ਮਕਸਦ ਹੁੰਦੇ ਨੇ ਵੱਖੋ ਵੱਖਰੇ। ਇੱਕ ਤਾਂ ਮਕਸਦ ਹੁੰਦਾ ਵੀ ਮੇਰਾ ਇਹ ਫਰਜ਼ ਬਣਦਾ ਕਿ ਮੈਂ ਹਮੇਸ਼ਾ ਚੰਗੇ ਕਰਮ ਕਰਾਂ, ਇੱਕ ਫਰਜ਼ ਸਮਝ ਕੇ ਕੰਮ ਕਰਦਾ ਬੰਦਾ।
ਦੂਸਰਾ ਹੁੰਦਾ ਆਪਣੇ ਗੁਰ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਸਤੇ, ਤੀਸਰਾ ਹੁੰਦਾ ਦੁਨਿਆਵੀ ਤੌਰ ਉੱਤੇ ਚੰਗਾ ਚੰਗਾ ਕਹਾਉਣ ਵਾਸਤੇ। ਇੱਦਾਂ ਵੀ ਹੁੰਦਾ ਪਾਤਸ਼ਾਹ ਕਹਿੰਦੇ ਜਿਸ ਸ਼ੋਭਾ ਕਉ, ਜਿਸ ਸ਼ੋਭਾ ਦੀ ਖਾਤਰ, ਜਿਸ ਵਡਿਆਈ ਦੀ ਖਾਤਰ ਕਰੈ ਭਲੀ ਕਰਨੀ, ਭਲੇ ਭਲੇ ਕੰਮ ਕਰਦੇ ਤੂੰ, ਸਾ ਸ਼ੋਭਾ, ਉਹ ਸ਼ੋਭਾ ਉਹ ਵਡਿਆਈ ਭਜ ਹਰ ਕੀ ਸ਼ਰਨੀ, ਹਰੀ ਦੀ ਸ਼ਰਨ ਵਿੱਚ ਬੈਠ ਕੇ ਤੂੰ ਪਰਮਾਤਮਾ ਦਾ ਭਜਨ ਕਰਿਆ ਕਰ, ਉਹ ਸ਼ੋਭਾ ਉਹ ਵਡਿਆਈ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚੋਂ ਮਿਲ ਜਾਏਗੀ। ਅਨਕ ਉਪਾਵੀ ਰੋਗ ਨਾ ਜਾਏ, ਉਪਾਵ ਕੀ ਹੁੰਦਾ ਯਤਨ, ਅਨੇਕਾਂ ਯਤਨਾਂ ਦੇ ਨਾਲ ਰੋਗ ਨਾ ਜਾਏ, ਇਹ ਹਉਮੈ ਦਾ ਰੋਗ ਨਹੀਂ ਜਾਂਦਾ। ਇੱਥੇ ਰੋਗ ਨੂੰ ਔਂਕੜ ਆਇਆ ਇੱਕ ਵਚਨ ਹੈ, ਭਾਵ ਹਉਮੈ ਦੇ ਰੋਗ ਦੀ ਗੱਲ ਚੱਲਦੀ ਪਈ ਹੈ। ਰੋਗ ਤਾਂ ਹੋਰ ਵੀ ਬਹੁਤ ਨੇ ਮਨੁੱਖ ਨੂੰ। ਭਗਤ ਬਾਬਾ ਰਵਿਦਾਸ ਸਾਹਿਬ ਕਹਿੰਦੇ ਪੰਜ ਰੋਗ ਅਸਾਧ ਜਾਮੈ ਤਾਂ ਕਿ ਕੇਤਕ ਆਸ। ਵੈਸੇ ਤੈਨੂੰ ਪੰਜ ਰੋਗ ਲੱਗੇ ਹੋਏ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਰ ਜਿਹੜਾ ਸਭ ਤੋਂ ਵੱਡਾ ਰੋਗ ਹੈ, ਸਭ ਤੋਂ ਵੱਡਾ ਰੋਗ ਉਹ ਕਿਹੜਾ ਰੋਗ ਹੈ? ਹਉਮੈ ਰੋਗ ਮਾਨੁੱਖ ਕੋ ਦੀਨਾ। ਇਹ ਇਹ ਅੰਦਰ ਰੱਖਿਆ ਹੋਇਆ ਹੈ, ਇੱਦਾਂ ਹਉਮੈ ਦਾ ਰੋਗ ਜਿਹੜਾ ਹੈ ਉਹ ਸਭ ਤੋਂ ਪ੍ਰਬਲ ਅਤੇ ਸਭ ਤੋਂ ਖਤਰਨਾਕ ਔਰ ਸਭ ਤੋਂ ਵੱਡਾ ਰੋਗ ਹੈ ਬੰਦੇ ਨੂੰ, ਕਿਉਂਕਿ ਇਹਨੂੰ ਹਉਮੈ ਨੂੰ ਕਿਉਂ ਸਭ ਤੋਂ ਵੱਡਾ ਰੋਗ ਕਿਹਾ, ਇਹ ਬੇਨਤੀ ਸਮਝੋ ਜੇ। ਗੁਰਮੁਖੋ ਧਨ ਦਾ ਜਿਹੜਾ ਰੋਗ, ਧਨ ਦਾ ਹੰਕਾਰ ਆ ਨਾ ਜਿਹੜਾ, ਉਹ ਉਸ ਬੰਦੇ ਨੂੰ ਹੋਵੇਗਾ ਜਿਹੜਾ ਬੰਦੇ ਕੋਲ ਧਨ ਹੈ। ਪਰ ਕਈ ਵਾਰ ਜਿਹੜਾ ਹਉਮੈ ਹੈ ਨਾ, ਹਉਮੈ ਹੈ, ਹਉਮੈ ਚੇਤਾ ਰੱਖੋ ਜੇ ਬੰਦੇ ਕੋਲ ਆਪਣੇ ਕੋਲ ਕੁਛ ਵੀ ਨਾ ਹੋਵੇ, ਕਈ ਵਾਰ ਜਿਹੜੀਆਂ ਦਾਤਾਂ ਉਹਨੂੰ ਰੱਬ ਦੇ ਕੋਲੋਂ ਮਿਲੀਆਂ ਨੇ ਉਹਦਾ ਵੀ ਹਉਮੈ ਹੰਕਾਰ ਹੋ ਜਾਂਦਾ। ਇਹ ਕਈ ਵਾਰ ਹੁੰਦਾ ਇੱਦਾਂ, ਧਨ 'ਤੇ ਅਸੀਂ ਮਿਹਨਤ ਨਾ ਕਮਾਇਆ ਤਾਂ ਫਿਰ ਹੰਕਾਰ ਪੈਦਾ ਹੋਇਆ, ਘਰ 'ਤੇ ਅਸੀਂ ਮਿਹਨਤ ਨਾ ਬਣਾਇਆ ਤਾਂ ਠੀਕ ਹੈ ਮੇਰਾ ਘਰ ਬਹੁਤ ਵੱਡਾ ਜੀ, ਇੱਦਾਂ ਬੰਦੇ ਨੂੰ ਹਉਮੈ ਆ ਗਈ। ਪਰ ਇੱਕ ਕਈ ਵਾਰ ਜਿਹੜਾ ਹੰਕਾਰ ਹੁੰਦਾ ਨਾ, ਬੰਦੇ ਆਪਣਾ ਯਤਨਾਂ ਨਾਲ ਕੁਛ ਵੀ ਨਾ ਕਰੇ, ਕਈ ਵਾਰ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਵੀ ਹੰਕਾਰ ਬੰਦੇ ਨੂੰ ਹੋ ਜਾਂਦਾ। ਜਿਵੇਂ ਮੰਨ ਲਓ ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੁੰਦਰ ਸਰੂਪ ਬਖਸ਼ਿਆ, ਉਹਨੇ ਤਾਂ ਰੱਬ ਦੀ ਦਾਤ ਹੈ ਨਾ। ਵੈਸੇ ਤਾਂ ਮੈਂ ਕਹਿੰਦਾ ਹੁੰਦਾ ਵੀ ਰੱਬ ਦਾ ਬਣਾਇਆ ਹੋਇਆ ਹਰ ਇੱਕ ਜੀਵ ਸੁੰਦਰ ਸਰੂਪ ਹੀ ਹੈ, ਹਰ ਇੱਕ ਜੀਵ ਕਿੱਦਾਂ ਦਾ ਵੀ ਰੱਬ ਨੇ ਬਣਾਇਆ। ਇਹ ਤਾਂ ਅਸੀਂ ਸਮਝ ਲੈਣਾ ਵੀ ਇਹ ਨੱਕ ਫਿੱਡਾ ਹੋਵੇ ਤਾਂ ਵਧੀਆ ਨਹੀਂ, ਤਿੱਖਾ ਹੋਵੇ ਤਾਂ ਵਧੀਆ ਹੁੰਦਾ, ਇਹ ਤਾਂ ਅਸੀਂ ਜਦ ਪਾਇਆ ਨਾ ਸਾਡੀ ਸੋਚ ਹੈ, ਤਾਂ ਇਹ ਸਾਡੇ ਪੁਰਾਤਨ ਗ੍ਰੰਥਾਂ ਨੇ ਵੀ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਸੀ ਉਹ ਇੱਕ ਯੋਗਦਾਨ ਦਿੱਤਾ, ਇੱਦਾਂ ਵੀ ਇਹ ਰੰਗ ਚੰਗਾ ਹੁੰਦਾ, ਇਹ ਰੰਗ ਮਾੜਾ ਹੁੰਦਾ, ਇੱਦਾਂ। ਪਰ ਫਿਰ ਵੀ ਪਰ ਕਈ ਵਾਰ ਪਰਮਾਤਮਾ ਦਿੱਤੀਆਂ ਦਾਤਾਂ ਨੇ ਜਿਹੜੀਆਂ, ਉਹਦਾ ਵੀ ਮਨੁੱਖ ਨੂੰ ਇੱਦਾਂ ਹੀ ਹੰਕਾਰ ਹੋ ਜਾਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਅਨਕ ਉਪਾਵੀ ਰੋਗ ਨਾ ਜਾਏ, ਜਿਹੜਾ ਇਹ ਹਉਮੈ ਦਾ ਰੋਗ ਆ ਨਾ, ਇਹ ਬੜੇ ਯਤਨਾਂ ਦੇ ਨਾਲ ਵੀ ਖਤਮ ਨਹੀਂ ਹੁੰਦਾ। ਪਿੱਛੇ ਗੁਰੂ ਅਸੀਂ ਬਚਨ ਉਹ ਸਮਝਿਆ ਸੀ, ਇੱਕ ਨਿਮਖ ਨਿਮਖ ਕਰ ਸਰੀਰ ਕਟਾਵੈ, ਅਗਲਾ ਕੀ ਬਚਨ ਹੈ, ਤੋਪੀ ਹਉਮੈ ਮੈਲ ਨਾ ਜਾਵੇ।
ਟੁਕੜੇ ਟੁਕੜੇ ਕਰ ਦੇਵੇ ਨਾ ਸਰੀਰ ਨੂੰ, ਮਨੁੱਖ ਸਰੀਰ ਖਤਮ ਹੋ ਜਾਂਦਾ ਪਰ ਅੰਦਰ ਦੀ ਹਉਮੈ ਨਹੀਂ ਖਤਮ ਹੁੰਦੀ। ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੋਇਆ, ਇਹ ਇੱਦਾਂ ਹੋ ਜਾਂਦਾ। ਪਾਤਸ਼ਾਹ ਕਹਿੰਦੇ ਜਿਹੜਾ ਇਹ ਹਉਮੈ ਦਾ ਰੋਗ ਇਹ ਕਿੱਦਾਂ ਮਿਟੇਗਾ? ਰੋ ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਔਖਦ ਲਾਏ। ਇਹ ਤਾਂ ਭਾਈ ਹਰੀ ਦੇ ਨਾਮ ਦੀ ਦਵਾਈ ਨਾਲ ਹੀ ਮਿਟਦਾ, ਇਹ ਤਾਂ ਪਰਮਾਤਮਾ ਦੇ ਸਿਮਰਨ ਨਾਲ ਹੀ ਮਿਟਦਾ, ਇਹ ਤਾਂ ਉਸ ਵਾਹਿਗੁਰੂ ਜੀ ਦੀ ਸੇਵਾ ਦੇ ਨਾਲ ਹੀ ਮਿਟਦਾ। ਬਸ ਇੱਕੋ ਇੱਕੋ ਹੀ ਤਰੀਕਾ ਹੈ ਗੁਰਮੁਖੋ, ਹੰਕਾਰ ਨਾ ਜਿਹੜਾ ਹਉਮੈ ਹੈ ਜਿਹੜੀ ਉਹ ਕਿਸੇ ਵੀ ਚੀਜ਼ ਦੀ ਹੈ, ਭਾਵੇਂ ਪਰਮਾਤਮਾ ਵੱਲੋਂ ਦਿੱਤੇ ਹੋਇਆਂ ਬਖਸ਼ਿਸ਼ਾਂ ਦੀ ਹੈ, ਭਾਵੇਂ ਇਹ ਕਹਿ ਲਓ ਵੀ ਮਨੁੱਖੀ ਉੱਦਮ ਦੇ ਨਾਲ ਮਿਲੀਆਂ ਹੋਈਆਂ ਦਾਤਾਂ ਦੀ ਹੈ, ਪਰ ਜਿਹੜਾ ਹਉਮੈ ਹੈ ਨਾ ਉਹਨੂੰ ਮਿਟਾਉਣ ਦਾ ਇੱਕੋ ਹੀ ਤਰੀਕਾ ਹੈ। ਹਉਮੈ ਆਉਂਦੀ ਬੜੇ ਤਰੀਕਿਆਂ ਦੇ ਨਾਲ ਹੈ। ਪਾਤਸ਼ਾਹ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਹਉਮੈ ਤੇਰਾ ਕੁਛ ਨਹੀਂ ਵਿਗਾੜਦੀ ਜੇ ਤੂੰ ਉਹਦੇ ਹੁਕਮ ਨੂੰ ਬੁੱਝ ਲਵੇਂ ਤਾਂ, ਉਹਦੇ ਹੁਕਮ ਤੋਂ ਪਰੇ ਹੋ ਜਾਂਦਾ ਫਿਰ ਤੈਨੂੰ ਹਉਮੈ ਤੰਗ ਪਰੇਸ਼ਾਨ ਵੀ ਕਰਦੀ ਹੈ, ਤਾਂ ਤੇਰੀ ਜ਼ਿੰਦਗੀ ਨੂੰ ਉਜਾੜਦੀ ਵੀ ਹੈ ਹਉਮੈ। ਇਸ ਕਰਕੇ ਜਿਹੜਾ ਹਉਮੈ ਦਾ ਗੁਰਮੁਖੋ ਰੋਗ ਹੈ ਨਾ, ਪਾਤਸ਼ਾਹ ਕਹਿੰਦੇ ਉਹ ਉਹਨੂੰ ਮਿਟਾਉਣ ਦਾ ਇੱਕੋ ਹੀ ਤਰੀਕਾ ਹੈ, ਹਰੀ ਦੇ ਨਾਮ ਦੀ ਦਵਾਈ ਲਵੇਂ, ਕਿਉਂਕਿ ਰੋਗ ਹੈ। ਮੈਂ ਹਉਮੈ ਦਾ ਗੁਰਮੁਖੋ ਅਰਥ ਹੁੰਦਾ ਮੈਂ ਕਹਿਣਾ, ਹਉ ਦਾ ਅਰਥ ਵੀ ਮੈਂ ਹੈ ਅਤੇ ਮੈਂ ਤਾਂ ਮੈਂ ਹੈ ਹੀ ਹੈ। ਜਦੋਂ ਹਰ ਵਕਤ ਬੰਦਾ ਮੈਂ ਕਰੇ, ਘਰ ਵਿੱਚ ਵੀ ਮੈਂ, ਦਫ਼ਤਰ ਵਿੱਚ ਵੀ ਮੈਂ, ਗੁਰਦੁਆਰੇ ਆ ਗਏ ਉੱਥੇ ਵੀ ਮੈਂ, ਵੀ ਮੇਰਾ ਹੀ ਚੱਲੇ ਨਾਮ, ਇੱਦਾਂ ਹੁੰਦਾ ਨਾ ਵੀ ਇੱਥੇ ਵੀ ਮੇਰਾ ਨਾਮ ਹੀ ਚੱਲੇ, ਹਰ ਥਾਂ ਉੱਤੇ ਆਪਣਾ ਨਾਮ ਹੀ ਲੱਭਣਾ, ਇਹਨੂੰ ਕਹਿੰਦੇ ਹਉਮੈ ਹੈ, ਇਹ ਰੋਗ ਹੈ। ਦੇਖੋ ਮੈਂ ਕਹਿਣਾ ਇੱਕ ਰੋਗ ਹੈ, ਤੂੰ ਕਹਿਣਾ ਪਰਮਾਤਮਾ ਦੀ ਬਖਸ਼ਿਸ਼ ਹੈ, ਕਿਉਂਕਿ ਕਬੀਰ ਤੂੰ ਕਰਤਾ ਤੂੰ ਹੋਆ, ਤੂੰ ਕਰਾਂਗੇ ਅਤੇ ਪਰਮਾਤਮਾ ਤੇਰਾ ਰੂਪ ਹੋ ਜਾਈਦਾ, ਮੈਂ ਕੀਤਿਆਂ ਤੇ ਰੱਬ ਤੋਂ ਵੱਖਰੇ ਹੋ ਜਾਈਦਾ, ਇੱਕ ਵੱਖਰੀ ਹੋਂਦ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਇਹ ਕਿਵੇਂ ਮਿਟੇਗਾ? ਜਦੋਂ ਹਰੀ ਦੇ ਨਾਮ ਦੀ ਦਵਾਈ ਤੇਰੇ ਅੰਦਰ ਜਾਏਗੀ, ਪਰਮਾਤਮਾ ਦਾ ਸਿਮਰਨ ਤੇਰੇ ਅੰਦਰ ਜਾਏਗਾ, ਫਿਰ ਅੰਦਰ ਬੈਠਾ ਹੋਇਆ ਹਉਮੈ ਦਾ ਰੋਗ ਖਤਮ ਹੋਵੇਗਾ। ਸਰਬ ਨਿਧਾਨ ਮੈਂ, ਨਿਧਾਨ ਕਹਿੰਦੇ ਨੇ ਖਜ਼ਾਨਾ, ਸਰਬ ਨਿਧਾਨ ਦੁਨੀਆਂ ਦੇ ਸਾਰੇ ਖਜ਼ਾਨਿਆਂ ਵਿੱਚੋਂ, ਮੈਂ ਦਾ ਅਰਥ ਹੁੰਦਾ ਵਿੱਚ ਜਿੰਨੇ ਦੁਨੀਆਂ ਦੇ ਖਜ਼ਾਨੇ ਨੇ, ਔਰ ਗੁਰਮੁਖੋ ਜਿੰਨੇ ਅਸੀਂ ਦੁਨੀਆਂ ਦੇ ਪਦਾਰਥਾਂ ਦੇ ਅਸੀਂ ਨੂੰ ਅਸੀਂ ਕੀਮਤੀ ਸਮਝ ਕੇ ਬੈਠੇ ਹਾਂ, ਅਸੀਂ ਖਜ਼ਾਨੇ ਸਮਝ ਕੇ ਬੈਠੇ ਹਾਂ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਹਰੀ ਦੇ ਨਾਮ ਦਾ ਨਿਧਾਨ, ਹਰੀ ਦੇ ਨਾਮ ਦਾ ਖਜ਼ਾਨਾ ਸਭ ਤੋਂ ਉੱਤਮ ਹੈ। ਜਿੰਨੇ ਵੀ ਦੁਨੀਆਂ ਦੇ ਖਜ਼ਾਨੇ ਨੇ ਉਹਨਾਂ ਦੇ ਵਿੱਚੋਂ ਹਰੀ ਦੇ ਨਾਮ ਦਾ ਖਜ਼ਾਨਾ ਸਭ ਤੋਂ ਉੱਤਮ ਹੈ। ਜਪ ਨਾਨਕ, ਹੇ ਨਾਨਕ ਜਪਿਆ ਕਰ ਪਰਮੇਸ਼ਰ ਦਾ ਨਾਮ। ਕਿਉਂ ਜਪਿਆ ਕਰ? ਤੂੰ ਹਰੀ ਨਾਮ ਦੇ ਖਜ਼ਾਨੇ ਦਾ ਮਾਲਕ ਬਣ ਜਾਏ। ਜਪ ਨਾਨਕ ਦਰਗਹ ਪਰਵਾਨ,
ਹੇ ਨਾਨਕ, ਜੇ ਇਸ ਹਰੀ ਨਾਮ ਦੇ ਖਜ਼ਾਨੇ ਨੂੰ ਜਪ ਲਈਏ ਤਾਂ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਈਦਾ, ਕਬੂਲ ਹੋ ਜਾਈਦਾ। ਗੁਰਮੁਖੋ, ਮੈਨੂੰ ਪ੍ਰਵਾਨ ਤੋਂ ਸ਼ਬਦ ਚੇਤੇ ਆ ਗਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ, ਪਾਕਿਸਤਾਨ ਦੇ ਵਿੱਚ ਇੱਕ ਨਗਰ ਹੈ ਪਸਰੂਰ, ਉੱਥੋਂ ਅੱਗੇ ਨੂੰ ਚਾਲੇ ਪਾਉਂਦੇ ਹੈ ਅਤੇ ਅੱਜ ਕੱਲ੍ਹ ਉਸ ਨਗਰ ਦਾ ਨਾਮ ਹੈ ਮਿੱਠਾ ਕੁਟਨ। ਉੱਥੇ ਮੀਆਂ ਮਿੱਠਾ ਨਾਮ ਦਾ ਫਕੀਰ ਰਹਿੰਦਾ ਸੀ, ਬੜੀ ਪ੍ਰਸਿੱਧੀ ਸੀ ਜੀ ਉਹਦੀ, ਬੜੀ ਵਡਿਆਈ ਸੀ, ਮੁਸਲਮਾਨ ਸੀ, ਆਸੇ ਪਾਸੇ ਚੇਲਿਆਂ ਦੀ ਬੜੀ ਵੱਡੀ ਗਿਣਤੀ ਸੀ ਉਹਦੇ ਆਸੇ ਪਾਸੇ ਚੱਲਦੀ। ਅਤੇ ਅਕਸਰ ਧਾਰਮਿਕ ਲੋਕਾਂ ਦੇ ਵਿੱਚ ਇਹ ਹੋ ਜਾਂਦਾ, ਚਾਰ ਕੁ ਬੰਦੇ ਪਿੱਛੇ ਤੁਰਨ ਲੱਗ ਪੈਣ ਅਤੇ ਹੰਕਾਰ ਆਪਣੇ ਆਪ ਆ ਜਾਂਦਾ, ਆਵਾਜ਼ ਨਹੀਂ ਮਾਰਨੀ ਪੈਂਦੀ। ਇੱਦਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਥੇ ਜਾਂਦੇ ਨੇ, ਮੀਆਂ ਮਿੱਠਾ ਨੂੰ ਪਤਾ ਲੱਗਦਾ ਵੀ ਨਾਨਕ ਨਾਮ ਦਾ ਫਕੀਰ ਆ ਰਿਹਾ, ਕਿਉਂਕਿ ਘਰ ਘਰ ਬਾਬਾ ਗਾਵੀਏ, ਬਾਬੇ ਦੀ ਪ੍ਰਸਿੱਧੀ ਹੋ ਚੁੱਕੀ ਸੀ ਉਸ ਸਮੇਂ। ਇੱਦਾਂ ਉਹਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਜੀ ਆਇਆਂ ਕਹਿਣ ਦੀ ਬਜਾਏ ਦੁੱਧ ਦੇ ਉੱਪਰ ਇੱਦਾਂ ਮਲਾਈ ਰੱਖੀ ਅਤੇ ਨਾਲ ਬਚਨ ਕੀਤਾ, ਕਹਿਣ ਲੱਗੇ ਜਾਓ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੂੰ ਨਾ, ਕਿਉਂਕਿ ਨਾ ਪੁਰਾਣੇ ਇੱਦਾਂ ਪੁਰਾਣੇ ਸਮਿਆਂ ਦੇ ਵਿੱਚ ਕਿਉਂਕਿ ਧਾਰਮਿਕ ਲੋਕ ਹੁੰਦੇ ਸਨ, ਉਹਨਾਂ ਚਰਚਾ ਬੜੀ ਹੁੰਦੀ ਸੀ, ਚਰਚਾ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ ਬੜੀ ਹੁੰਦੀ ਸੀ, ਇਹ ਬਹੁਤ ਬਿਰਤੀ ਸੀ। ਇੱਦਾਂ ਚਰਚਾ ਕਰੋ, ਡਿਬੇਟ ਕਰੋ ਅਤੇ ਜਿੱਤ ਪ੍ਰਾਪਤ ਕਰੋ ਅਤੇ ਆਪਣੇ ਆਪ ਨੂੰ ਵੱਡਾ ਅਖਵਾਓ। ਜਦੋਂ ਕਿ ਧਰਮ ਦੀ ਦੁਨੀਆ ਇਹ ਕਹਿੰਦੀ ਹੈ ਵੀ ਨੀਵਾਂ ਹੋਣਾ, ਮਕਸਦ ਇਹ ਹੁੰਦਾ। ਉਹਨੇ ਆਪਣੇ ਚੇਲਿਆਂ ਦਾ ਹੀ ਸੁਨੇਹਾ ਭੇਜਿਆ, ਕਹਿਣ ਲੱਗੇ ਜਾਓ ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹੋ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ ਨਾ, ਇੱਦਾਂ ਲਾਹ ਕੇ ਪਰੇ ਰੱਖ ਦਿਆਂਗੇ। ਇੱਦਾਂ ਬਚਨ ਕਿਹਾ ਉਹਨੇ, ਜਾਓ ਜਾ ਕੇ ਨਾਨਕ ਨੂੰ ਕਹੋ ਜਿਵੇਂ ਦੁੱਧ ਤੋਂ ਮਲਾਈ ਲਾਹ ਕੇ ਪਾਸੇ ਰੱਖੀ ਦੀ ਹੈ ਨਾ, ਤੈਨੂੰ ਇੱਦਾਂ ਲਾਹ ਕੇ ਪਾਸੇ ਰੱਖ ਦਿਆਂਗੇ। ਉਹਦੇ ਚੇਲੇ ਆਏ, ਕਹਿਣ ਲੱਗੇ ਜੀ ਮੀਆਂ ਮਿੱਠਾ ਨੇ ਇੰਝ ਕਿਹਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਠੀਕ ਹੈ ਭਾਈ, ਜਾ ਕੇ ਮੀਆਂ ਮਿੱਠਾ ਨੂੰ ਕਹੋ ਨਿੰਬੂ ਵਾਂਗ ਨਚੋੜ ਦਿਆਂਗੇ, ਨਿੰਬੂ ਵਾਂਗ ਨਚੋੜ ਦਿਆਂਗੇ। ਗੁਰਮੁਖ ਇਹ ਜਾ ਕੇ ਉਹਦੇ ਚੇਲਿਆਂ ਨੇ ਕਿਹਾ ਨਾ, ਕਹਿਣ ਲੱਗੇ ਮੀਆਂ ਜੀ ਨਾਨਕ ਨੇ ਇਹ ਕਿਹਾ ਨਿੰਬੂ ਵਾਂਗ ਨਚੋੜ ਦਿਆਂਗੇ। ਗੁਰਮੁਖੋ ਆਪਣੇ ਚੇਲਿਆਂ ਨੂੰ ਕਹਿੰਦਾ, ਕਹਿੰਦਾ ਚਲੋ ਚੱਲ ਕੇ ਨਾਨਕ ਨੂੰ ਮਿਲੀਏ। ਬੇਨਤੀ ਬੜੇ ਧਿਆਨ ਨਾਲ ਸਮਝੋ, ਉਹ ਕਹਿੰਦੇ ਹੁਣ ਤਾਂ ਇੱਦਾਂ ਦੀਆਂ ਗੱਲਾਂ ਕਰਦੇ ਸੀ ਵੀ ਦੁੱਧ ਤੋਂ ਮਲਾਈ ਵਾਂਗ ਲਾਹ ਦਿਆਂਗੇ, ਹੁਣ ਮਿਲਣ ਵੀ ਤੁਰ ਪਏ ਹੋ, ਹੁਣ ਮਿਲਣ ਵੀ ਤੁਰ ਪਏ ਹੋ ਨੀਵੇਂ ਜੇ ਹੋ ਕੇ। ਉਹਨੇ ਸਮਝਾਇਆ, ਕਹਿਣ ਲੱਗਾ ਨਾਨਕ ਸਾਡੇ ਤੋਂ ਉੱਚਾ ਹੈ, ਉਹ ਸਾਡੇ ਤੋਂ ਵੱਡਾ। ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ ਲੱਗਿਆ? ਸਿਰਫ ਇੰਨੀ ਤਾਂ ਗੱਲ ਕਹੀ ਜਾ ਉਹਨੇ ਵੀ ਨਿੰਬੂ ਵਾਂਗ ਨਚੋੜ ਦਿਆਂਗੇ, ਇਹਦੇ 'ਚ ਕੀ ਨਾ ਗੱਲ ਨਿਕਲੀ। ਮੀਆਂ ਮਿੱਠਾ ਕਹਿੰਦਾ ਭਲੇ ਉਹ ਪੁਰਖੋ ਆਪਣੇ ਚੇਲਿਆਂ ਨੂੰ ਕਹਿੰਦਾ, ਕਹਿਣ ਲੱਗਾ ਦੁੱਧ ਤੋਂ ਮਲਾਈ ਲਾ ਦੇ ਨਾ, ਦੁੱਧ ਤਾਂ ਬਹੁਤਾ ਕੁਛ ਨਹੀਂ ਵਿਗੜਦਾ, ਉਹਦੇ ਵਿੱਚੋਂ ਦਹੀਂ ਵੀ ਬਣ ਜਾਂਦੀ ਹੈ, ਮੱਖਣ ਵੀ ਬਣ ਜਾਂਦਾ, ਘਿਓ ਵੀ ਬਣ ਜਾਂਦਾ, ਜੇ ਦੁੱਧ ਤੋਂ ਮਲਾਈ ਵੀ ਲਾ ਦਈਏ ਉਹਦਾ ਬਹੁਤਾ ਕੁਝ ਨਹੀਂ ਵਿਗੜਦਾ, ਜੇ ਨਿੰਬੂ ਨੂੰ ਨਚੋੜ ਦਈਏ ਉਹਦਾ ਬਚਦਾ ਹੀ ਕੁਛ ਨਹੀਂ ਹੈ, ਜੇ ਨਿੰਬੂ ਨੂੰ ਨਚੋੜ ਦਈਏ ਨਿੰਬੂ ਦਾ
ਬਚਦਾ ਹੀ ਕੁਛ ਨਹੀਂ ਹੈ। ਜੇ ਅਸੀਂ ਦੁੱਧ ਤੋਂ ਮਲਾਈ ਵਾਂਗ ਲਾ ਵੀ ਦੇਵਾਂਗੇ ਨਾਨਕ ਨੂੰ ਅਸਰ ਨਹੀਂ ਪੈਣਾ। ਜੇ ਉਹਨੇ ਸਾਨੂੰ ਨਿੰਬੂ ਵਾਂਗ ਨਚੋੜ ਦਿੱਤਾ ਸਾਡਾ ਬਚਣਾ ਹੀ ਕੁਛ ਨਹੀਂ ਹੈ, ਚਲੋ ਚੱਲ ਕੇ ਮਿਲੀਏ। ਗੁਰਮੁਖੋ ਆਇਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਇੱਦਾਂ ਸਲਾਮ ਕਰਦਾ, ਕੋਲ ਬਹਿ ਜਾਂਦਾ, ਚਰਚਾ ਕਰਦਾ, ਕਿਉਂਕਿ ਬਿਰਤੀ ਤਾਂ ਸੀਗੀ ਨਾ ਉਹ ਚਰਚਾ ਕਰਨ ਵਾਲੀ। ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੂੰ ਚਰਚਾ ਕਰਦਾ, ਕਹਿਣ ਲੱਗਾ ਸਤਿਗੁਰੂ ਉਸ ਪਰਮਾਤਮਾ ਦੇ ਦਰਬਾਰ ਵਿੱਚ ਕਬੂਲ ਕਿੱਦਾਂ ਹੋਈਦਾ। ਆਹ ਬਚਨ ਆ ਕੇ ਜਪ ਨਾਨਕ ਦਰਗਾਹ ਪ੍ਰਵਾਨ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਪ੍ਰਵਾਨ ਕਿਵੇਂ ਹੋਈਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਮੀਆਂ ਜੀ ਪਹਿਲਾਂ ਤੁਸੀਂ ਦੱਸੋ, ਕਿਉਂਕਿ ਬਾਬੇ ਦਾ ਸੁਭਾਅ ਹੀ ਨਹੀਂ ਸੀ ਪਹਿਲਾਂ ਆਪਣਾ ਗਿਆਨ ਦੇਣਾ, ਬਾਬਾ ਕਹਿੰਦਾ ਸੀ ਤੁਸੀਂ ਦੱਸੋ ਭਾਈ ਆਪਣਾ, ਬਾਬੇ ਨੂੰ ਉਹੀ ਕਿਹਾ। ਬਾਬਾ ਸੁਣਦਾ ਸੀ ਗੁਰਮੁਖੋਂ ਪਹਿਲਾਂ ਦੂਜਿਆਂ ਦੇ, ਉਹਨੇ ਬਚਨ ਕੀਤਾ, ਕਹਿਣ ਲੱਗੇ ਨਾਨਕ ਪਹਿਲਾ ਨਾਉਂ ਖੁਦਾਏ ਦਾ ਦੂਜਾ ਨਬੀ ਰਸੂਲ, ਨਾਨਕ ਕਲਮਾ ਜੇ ਪੜੇ ਤਾਂ ਦਰਗਾਹ ਪਵੇ ਕਬੂਲ। ਪਹਿਲਾ ਨਾਮ ਖੁਦਾਏ ਦਾ ਅਤੇ ਦੂਜਾ ਸਾਡੇ ਨਬੀ ਦਾ, ਸਾਡੇ ਪੈਗੰਬਰ ਦਾ। ਅਤੇ ਜੇ ਹੇ ਨਾਨਕ ਤੂੰ ਸਾਡੇ ਨਬੀ ਦੀਆਂ ਕਲਮਾਂ ਨੂੰ ਪੜ੍ਹ ਲਵੇਂ ਤਾਂ ਦਰਗਾਹ ਵਿੱਚ ਕਬੂਲ ਹੋ ਜਾਈਦਾ। ਬਚਨ ਬੜੇ ਧਿਆਨ ਨਾਲ ਸਮਝੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਮੀਆਂ ਜੀ ਇਕੱਲੀਆਂ ਕਲਮਾਂ ਦੇ ਨਾਲ ਨਹੀਂ, ਕਲਮਾਂ ਤਾਂ ਤੁਹਾਡੇ ਧਰਮ ਦੀਆਂ ਨੇ। ਇਹਦਾ ਭਾਵ ਇਹ ਬਣਦਾ ਵੀ ਜਿਹੜਾ ਕਲਮਾ ਨਹੀਂ ਪੜ੍ਹੇਗਾ ਉਹ ਕਬੂਲ ਨਹੀਂ ਹੋਵੇਗਾ, ਇਹਦਾ ਅਰਥ ਇਹ ਬਣਦਾ ਵੀ ਜਿਹੜਾ ਤੁਹਾਡੇ ਧਰਮ ਵਿੱਚ ਨਹੀਂ ਆਏਗਾ ਉਹ ਕਬੂਲ ਹੀ ਨਹੀਂ ਹੋਵੇਗਾ। ਔਰ ਮੁਸਲਮਾਨ ਕਹਿ ਦਿੰਦੇ ਨੇ ਵੀ ਜਿਹੜੇ ਦੂਜੇ ਨੇ ਸਾਰੇ ਉਹ ਨਹੀਂ ਹੈ ਜੀ, ਪ੍ਰਵਾਨ ਕੇਵਲ ਮੁਸਲਮਾਨ ਹੀ ਹੁੰਦਾ। ਉਹਨੇ ਇਹ ਬਚਨ ਕਿਹਾ ਨਾਨਕ ਪਹਿਲਾ ਨਾਉਂ ਖੁਦਾਏ ਦਾ ਦੂਜਾ ਨਬੀ ਰਸੂਲ, ਨਾਨਕ ਕਲਮਾ ਜੇ ਪੜ੍ਹੇ ਤਾਂ ਦਰਗਾਹ ਪਵੇ ਕਬੂਲ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜਵਾਬ ਦਿੰਦੇ ਨੇ ਪਹਿਲਾ ਨਾਉਂ ਖੁਦਾਏ ਦਾ, ਇੰਨੀ ਗੱਲ ਤਾਂ ਸਹੀ ਆ ਵੀ ਪਹਿਲਾਂ ਇੱਕ ਪਰਮੇਸ਼ਰ ਦਾ ਨਾਮ ਹੀ ਹੈ, ਪਰ ਕੇਤੇ ਨਬੀ ਰਸੂਲ, ਪਾਤਸ਼ਾਹ ਕਹਿੰਦੇ ਇੱਕ ਨਬੀ ਹੈ ਪਰਮਾਤਮਾ ਦੇ ਦਰ 'ਤੇ, ਪਤਾ ਹੀ ਨਹੀਂ ਕਿੰਨੇ ਕੁ ਨਬੀ ਖੜ੍ਹੇ ਆ ਉੱਥੇ, ਪਤਾ ਹੀ ਨਹੀਂ ਕਿੰਨੇ ਕੁ ਹੈ। ਕੇਤੇ ਜੋਧ ਮਹਾਂਬਲ ਸੂਰ ਤਨਮੈਂ ਰਾਮ ਰਿਹਾ, ਕਿੰਨੇ ਹੀ ਨੇ ਪਤਾ ਹੀ ਨਹੀਂ, ਇੱਕ ਥੋੜ੍ਹਾ ਕਿਤੇ। ਪਾਤਸ਼ਾਹ ਕਹਿੰਦੇ ਪਹਿਲਾਂ ਨਾਉ ਖੁਦਾਏ ਦਾ ਕੇਤੇ ਨਬੀ ਰਸੂਲ, ਸੇਖਾ ਨੀਅਤ ਰਾਸ ਕਰ ਤਾਂ ਦਰਗਾਹ ਪਵੇ ਕਬੂਲ। ਕਹਿਣ ਲੱਗੇ ਪਰਮਾਤਮਾ ਹੈ ਨਾ ਉਹ ਕੱਲਾ ਕੇਵਲ ਬਾਹਰ ਦੀਆਂ ਕਲਮਾਂ ਨਹੀਂ ਦੇਖਦਾ, ਉਹ ਕਲਮਾਂ ਤਾਂ ਲੋਕ ਜਦੋਂ ਜੀਵਾਂ ਦੀ ਹੱਤਿਆ ਕਰਦੇ ਆ ਉਦੋਂ ਵੀ ਪੜ੍ਹੀ ਜਾਂਦੇ ਆ, ਪੜ੍ਹਦੇ ਨਾ ਗੁਰੂ ਜੇਬਾ, ਜਦੋਂ ਜੇਬਾ ਕਰਦੇ ਆ ਕਲਮਾਂ ਤਾਂ ਉਦੋਂ ਵੀ ਪੜ੍ਹੀ ਜਾਂਦੇ ਆ। ਕਹਿਣ ਲੱਗੇ ਸ਼ੇਖ ਜੀ ਮੀਆਂ ਮਿੱਠਾ ਜੀ, ਪ੍ਰਭ ਦੇ ਦਰਬਾਰ ਉਹ ਪ੍ਰਵਾਨ ਹੁੰਦਾ ਜਿਹੜਾ ਨੀਅਤ ਨੂੰ ਰਾਸ ਕਰਕੇ ਪਰਮਾਤਮਾ ਦੀ ਬੰਦਗੀ ਕਰਦਾ। ਜੇ ਅੰਦਰ ਦੀ ਨੀਅਤ ਚੰਗੀ ਨਹੀਂ ਹੈ, ਜ਼ੁਬਾਨ 'ਤੇ ਪਰਮਾਤਮਾ ਦਾ ਨਾਮ ਨਹੀਂ ਹੈ, ਕੋਈ ਪ੍ਰਵਾਨ ਨਹੀਂ ਹੁੰਦਾ। ਦੋ ਹੀ ਬਚਨ ਕਹੇ ਗੁਰਮੁਖੋਂ, ਮੀਆਂ ਮਿੱਠਾ ਨੇ ਕਿਹਾ ਸੀ ਪਹਿਲਾ ਨਾਉਂ ਖੁਦਾਏ ਦਾ ਦੂਜਾ ਨਬੀ ਰਸੂਲ, ਨਾਨਕ ਕਲਮਾ ਜੇ ਪੜ੍ਹੇ ਤਾਂ ਦਰਗਾਹ ਪਵੇ ਕਬੂਲ। ਅਤੇ ਬਾਬਾ ਨਾਨਕ ਕਹਿੰਦਾ ਪਹਿਲਾ ਨਾਉਂ ਖੁਦਾਏ ਦਾ ਕੇਤੇ ਨਬੀ ਰਸੂਲ, ਸੇਖਾ ਨੀਅਤ ਰਾਸ ਕਰ ਤਾਂ ਦਰਗਾਹ ਪਵੇ ਕਬੂਲ। ਇਸ ਕਰਕੇ ਅੱਜ ਵੀ ਪਾਤਸ਼ਾਹ ਕਹਿੰਦੇ ਨੇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਸਾਰੇ ਖਜ਼ਾਨਿਆਂ ਵਿੱਚੋਂ ਹਰੀ ਦੇ ਨਾਮ ਦਾ ਖਜ਼ਾਨਾ ਭਾਈ ਉੱਤਮ ਹੈ,
ਜਪ ਨਾਨਕ ਦਰਗਾਹ ਪ੍ਰਵਾਨ। ਹੇ ਨਾਨਕ, ਇਸ ਹਰੀ ਦੇ ਨਾਮ ਨੂੰ ਜਪੀਏ ਤਾਂ ਪਰਮਾਤਮਾ ਦੇ ਦਰਬਾਰ ਵਿੱਚ ਵੀ ਪ੍ਰਵਾਨਗੀ ਮਿਲਦੀ ਹੈ, ਕਬੂਲ ਹੋ ਜਾਈਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।